ਜੈ ਵਾਲਮੀਕੀ ਜੀ। ਸੋ ਸੰਗਤ ਜੀ, ਆਪਾਂ ਸਾਰੇ ਗੁਰੂ ਘਰਾਂ ਵਿੱਚ ਜਾ ਕੇ, ਮੰਦਿਰਾਂ ਵਿੱਚ ਜਾ ਕੇ, ਬ੍ਰਹਮ ਮਾਲਿਆ ਦੇ ਵਿੱਚ ਜਾ ਕੇ ਬਾਣੀ ਕਿਉਂ ਪੜ੍ਹਦੇ ਅਤੇ ਸੁਣਦੇ ਹਾਂ? ਤਾਂ ਹੀ ਪੜ੍ਹਦੇ ਹਾਂ ਕਿ ਸਾਨੂੰ ਸਿੱਖਿਆ ਮਿਲੇ, ਗਿਆਨ ਮਿਲੇ, ਸੇਧ ਮਿਲੇ। ਅਤੇ ਸਿੱਖਿਆ, ਸੇਧ, ਗਿਆਨ, ਉਹ ਵੀ ਧੰਨ ਪ੍ਰਭੂ ਵਾਲਮੀਕਿ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ। ਦੇਖੋ ਕਿੰਨੀਆਂ ਸਿੱਖਿਆਵਾਂ ਸਾਨੂੰ ਮਿਲਦੀਆਂ ਨੇ ਧੰਨ ਪ੍ਰਭੂ ਵਾਲਮੀਕਿ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ। ਭੈਣ ਭਾਈ ਦਾ ਪਿਆਰ, ਭਾਈ ਭਾਈ ਦਾ ਪਿਆਰ, ਪਤੀ ਅਤੇ ਪਤਨੀ ਦਾ ਪਿਆਰ, ਪਿਓ ਪੁੱਤ ਦਾ ਪਿਆਰ, ਮਾਂ ਪੁੱਤ ਦਾ ਪਿਆਰ, ਪਰਿਵਾਰਕ ਸਾਂਝੀਵਾਲਤਾ, ਰਾਜਨੀਤੀ ਕਿਵੇਂ ਕਰਨੀ ਹੈ, ਸ਼ਤਰੂ 'ਤੇ ਵਿਜੇ ਕਿਵੇਂ ਪ੍ਰਾਪਤ ਕਰਨੀ ਹੈ, ਜ਼ਿੰਦਗੀ ਜਿਉਣ ਦੀ ਸੇਧ, ਜ਼ਿੰਦਗੀ ਜਿਉਣ ਦੀ ਸੇਧ ਸਾਨੂੰ ਦਿੰਦੇ ਨੇ ਧੰਨ ਪ੍ਰਭੂ ਵਾਲਮੀਕਿ ਮਹਾਰਾਜ ਜੀ ਆਪਣੀ ਬਾਣੀ ਮਹਾਰਮਾਇਣ ਯੋਗ ਵਿਸ਼ੇਸ਼ ਦੇ ਵਿੱਚ। ਤਾਂ ਵੱਡੇ ਮਹਾਂਪੁਰਸ਼ ਕਿਹਾ ਕਰਦੇ ਸਨ ਕਿ ਜੋ ਜੀਵ, ਜੋ ਮਾਈ, ਜੋ ਭਾਈ ਮੰਚ 'ਤੇ ਇਕਾਗਰ ਕਰਕੇ ਧੰਨ ਪ੍ਰਭੂ ਵਾਲਮੀਕਿ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹੇਗਾ, ਉਹ ਆਪਣਾ ਪਾਰ ਉਤਾਰਾ ਕਰ ਲਏਗਾ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਜੈ ਭੀਮ, ਜੈ ਭਾਰਤ ਜੀ।